ਅੱਜ ਮਿਲਾਉਣ ਲੱਗੇ ਤੁਹਾਨੂੰ ਮਨਕੀਰ ਤੌਲਕ ਸਰ ਨਾਲ। ਲੋ ਜੀ ਇੰਗਲੈਂਡ ਵੀ ਆ ਗਏ ਆ, ਦੇਖ ਲਓ ਕਿੱਡਾ। ਇੱਥੇ ਜਿੰਨੇ ਵੀ ਸਾਰੇ ਸਿੰਗਰ ਜਿਹੜੇ ਇੱਥੇ ਰਹਿੰਦੇ ਆ, ਦੇਖ ਲਓ ਕਿੰਨਾ ਬਣਾ ਤਗੜਾ ਹੋਮਲੈਂਡ। ਬਹੁਤ ਮੰਜ਼ਿਲ ਹੀ ਬਹੁਤ ਤਗੜੀ ਆ। ਫੋਨ 'ਚ ਭਲਾ ਨਹੀਂ ਤੁਹਾਨੂੰ ਡਰ ਨਾ ਲੱਗਦਾ ਹੋਵੇ, ਮੈਨੂੰ ਮੈਨੂੰ ਰੀਅਲ ਦੇ ਵਿੱਚ ਮੈਨੂੰ ਡਰ ਬਹੁਤ ਲੱਗਦਾ। ਅੰਦਰ ਜਾਣ ਦੇ ਦਿੰਦੇ ਕਿ ਨਹੀਂ? ਹਾਂ, ਮੇਨ ਗੇਟ ਆ ਇਹਦਾ, ਅਤੇ ਮੈਨੂੰ ਲੱਗਦਾ ਅੰਦਰ ਐਂ ਜਾਣ ਨਹੀਂ ਦਿੰਦੇ ਹੋਣੇ ਪੁੱਤਰਾ। ਇਹਦੇ ਸਿੰਗਰ ਹੀ ਹੈਗੇ ਆ। ਹੈ ਤੁਸੀਂ ਪਤਾ ਨਹੀਂ ਬਈ, ਆਪਣੀ ਜਾਣ ਦੇ ਦਿੰਦੇ ਪੁੱਛ ਲਉਂਗੇ ਨੇ ਬਾਈ ਨੂੰ। ਆਹੋ, ਘੁੰਮ ਕੇ ਆਉਣਾ ਪਤਾ ਯਾਰ, ਆਪਾਂ ਕਿਹੜਾ ਰਹਿਣ ਲੱਗੇ ਹਾਂ ਸੰਦੀਪ। ਰੱਖਣ ਉਹ ਕਹਿੰਦਾ ਤੈਨੂੰ ਰੱਖਣ ਲੱਗੇ। ਚੱਲ ਸੰਦੀਪ, ਪੁੱਛ ਕੇ ਆਈਏ। ਚੱਲ ਜੱਸੀ ਗੱਲ ਦੀ ਗੱਡੀ ਆ ਰਹੀ ਆ, ਪਰ ਜੱਸੀ ਗੱਲ ਬਾਈ ਆਪ ਹੈ ਨਹੀਂ ਗਾ, ਗੱਡੀ ਉਹਦੀ ਆ, ਰੇਂਜ ਰੋਵਰ। ਸਾਰੇ ਸਿੰਗਰ ਜਿਹੜੇ ਇੱਥੇ ਰਹਿੰਦੇ ਆ ਬਾਈ, ਉਹਨਾਂ ਤੋਂ ਵੈਸੇ ਪੁੱਛਿਆ ਨਹੀਂ ਆਈ। ਪਰ ਆਹ ਦੇਖੋ ਬਿਲਡਿੰਗ ਗੱਡੀ ਆ। ਮੋਟੇ ਮੋਟੇ ਮੇਰੀ ਗੱਲ ਸੁਣੋ, ਕੋਈ ਸ਼ੀਸ਼ੇ ਸ਼ੂਸ਼ੇ ਵਿੱਚ ਨਹੀਂ ਵੇਖ ਲਾ, ਕੋਈ ਵੇਖ ਹੀ ਨਾ ਲਵੇ। ਕੋਈ ਵੇਖ ਲਓ, ਕੋਈ ਮਨਕੀਰ ਤੌਲ ਕਰਗਾ ਬਾਈ, ਕੋਈ ਦੇਖ ਲਓ ਯਾਰ। ਬਾਈ ਰਣਜੀਤ ਬਾਬਾ ਜਾ ਰਿਹਾ, ਬਾਈ ਰਣਜੀਤ ਬਾਬਾ ਤਾਂ ਨਹੀਂ ਰਹਿੰਦਾ ਇੱਥੇ ਨਾ? ਪਤਾ ਨਹੀਂ, ਜੇ ਰਹਿੰਦਾ ਹੋਇਆ ਤਾਂ ਵੇਖ ਹੀ ਲਵੇ ਇੱਥੇ ਦੀ। ਇਹ ਹੋਮਲੈਂਡ ਕਹਿੰਦੇ ਬਾਈ, ਜਿੱਥੇ ਸਿੰਗਰਾਂ ਦਾ ਹੜ ਕਹਿ ਸਕਦੇ, ਹੜ ਹੈ ਸਾਰੇ ਸਿੰਗਰ ਜਿਹਨੇ ਕਿ ਇੱਥੇ ਮਸ਼ਹੂਰ ਗੜ ਕਹਿੰਦੇ ਨੇ। ਜੱਸੀ ਗੱਲ, ਮਨਕੀਰ ਤੌਲਖ, ਬੱਬਲ ਰਾਏ, ਹੋਰ ਕਈ ਸਿੰਗਰ ਹੈ ਯਾਰ, ਹੁਣ ਮੈਂ ਚੇਤਾ ਨਹੀਂ ਹੈਗਾ। ਅਤੇ ਮੈਂ ਕਹਿੰਦਾ ਵੀ ਕੋਈ ਬਾਰੀ ਬੂਰੀ ਵਿੱਚ ਦੀ ਸਾਨੂੰ ਵੇਖ ਲਵੇ ਨਾ, ਅਤੇ ਨਜ਼ਾਰਾ ਹੀ ਬੱਜ। ਉਹ ਮਾਰ ਲਓ ਆਵਾਜ਼ ਕੋਈ ਨਾ ਕੋਈ। ਸਾਰੇ ਸਿੰਗਰ ਜਿਹੜੇ ਆ ਮਸ਼ਹੂਰ, ਅਤੇ ਅਸੀਂ ਵੀ ਇੱਥੇ ਰਹਿਣ ਵਾਸਤੇ ਆਏ ਹਾਂ। ਰੱਖ ਲੈਣਗੇ ਪੁਰਖ ਨੇ? ਪਤਾ ਨਹੀਂ, ਉਹ ਅੱਗੇ ਪੁਰਾਣੇ ਜ਼ਮਾਨੇ ਬਾਈ ਨੂੰ ਅਸੀਂ ਮੇਰੀ ਗੱਲ ਸੁਣੋ, ਬਾਈ ਨੂੰ ਅਸੀਂ ਰੈਂਟ ਪੁੱਛਿਆ ਵੀ ਕਿੰਨਾ ਲੈਂਦੇ, ਕਹਿੰਦੇ ਬਾਹਲਾ ਨਹੀਂ ਹੈਗਾ, 70,000 ਰੁਪਈਏ ਹੀ ਆ ਮਹੀਨੇ ਦਾ। 70,000 ਰੁਪਈਏ ਹੀ ਆ ਮਹੀਨੇ ਦਾ ਰੈਂਟ, ਕੋਈ ਬਾਹਲਾ ਜ਼ਿਆਦਾ ਨਹੀਂ ਹੈ ਵੈਸੇ। 70,000 ਰੁਪਈਆ ਕੋਈ ਬਾਹਲਾ ਤਾਂ ਨਹੀਂ ਯਾਰ। ਜੇ ਕੋਈ ਸਿੰਗਰ ਸਾਡੇ ਕੰਟੈਕਟ ਦੇ ਵਿੱਚ ਆ ਗਿਆ, ਸਾਨੂੰ ਕਿਸੇ ਨੇ ਬਾਰੀ ਪੂਰੀ ਵਿੱਚ ਦੀ ਦੇਖ ਲਿਆ, ਤਾਂ ਤੁਹਾਨੂੰ ਜ਼ਰੂਰ ਮਿਲਾਵਾਂਗੇ। ਅਤੇ ਹੋ ਸਕਦਾ ਕਿ ਸਾਨੂੰ ਬਾਰੀ ਪੂਰੀ ਵਿੱਚ ਦੀ ਵੇਖ ਲਵੇ ਸਿੰਗਰ, ਜੇ ਕਦੇ ਇੱਧਰ ਰਾਹ ਰੂਦ ਰਹਿੰਦਾ ਤਾਂ। ਮੇਰੀ ਗੱਲ ਸੁਣ ਗੱਲ ਮੋਟੇ, ਜੇ ਉਤੋਂ ਤੈਨੂੰ ਸਿੱਟੀ ਕੀ ਬਣੂ? ਓਏ ਨਾਗੀ ਓਏ, ਉਹ ਤੈਨੂੰ ਮਨਕੀਰ ਤੌਲਖ ਵਾਜਾ ਮਾਰੀ ਤਾਂ ਬਾਈ। ਓਏ ਆ ਗਿਆ ਆ ਗਿਆ ਬਈ, ਆ ਗਿਆ ਆ ਗਿਆ, ਜਾ ਜਾ ਭੱਜ ਕੇ। ਓਏ ਕਹਿੰਦੇ ਝਾੜੂ ਮਾਰਨਾ, ਕਹਿੰਦਾ ਮੁੰਡਿਆ ਜਾ ਹੁਣ, ਉਹ ਬਾਰੀ ਬਾਈ ਦੀ ਵਾਜਾ ਮਾਰੀ, ਉਹ ਖੜਾ ਬਾਈ, ਜਾ ਝਾੜੂ ਮਾਰਨਾ ਕਿਤੇ ਜਾ। ਉਹ ਵੀ ਹੋਮਲੈਂਡ ਦੇ ਅੰਦਰ ਐਂਟਰ ਹੋ ਜਾਏਗਾ, ਮਰਸੜੀਆਂ ਖੜੀਆਂ ਵਾ। ਸੋ ਇੱਕ ਭਰਾ ਨੇ ਸਾਨੂੰ ਪਛਾਣ ਲਿਆ ਸੀਗਾ, ਅਤੇ ਉਹ ਕਹਿੰਦਾ ਵੀਰੇ ਆਜੋ, ਮੈਂ ਤੁਹਾਨੂੰ ਲੈ ਕੇ ਚੱਲਦਾ ਅੰਦਰ। ਆਹ ਗੱਡੀਆਂ ਸਾਰੀਆਂ ਸਿੰਗਰਾਂ ਦੀਆਂ ਖੜੀਆਂ ਵਾ, ਇਹ ਆ ਮਤਲਬ ਮਨਕੀਰ ਤੌਲਖ ਬਾਈ ਦੀ ਗੱਡੀ ਆ। ਇਹ ਤਾਂ ਸਾਰੇ ਵੱਡੇ ਵੱਡੇ ਸਿੰਗਰ ਸਾਰੇ, ਯਾਨੀ ਕਿ ਜਿਵੇਂ ਕਿ ਮੇਰੇ ਵਰਗੇ, ਤੇਰੇ ਵਰਗੇ ਤਾਂ ਬਹੁਤ ਰਹਿੰਦੇ ਹੁਣ ਇੱਥੇ। ਅਤੇ ਹੁਣ ਅਸੀਂ ਸਵੀਮਿੰਗ ਪੂਲ ਲੈ ਕੇ ਚੱਲਦੇ ਹਾਂ, ਅਤੇ ਧੰਨਵਾਦ ਕਰਦੇ ਹੋ ਵੀਰੇ ਦਾ ਜਿਹੜੇ ਸਾਨੂੰ ਅੰਦਰ ਭੇਜਿਆ ਕਿਉਂਕਿ ਸਾਨੂੰ ਵੀਰੇ ਨੇ ਪਛਾਣ ਲਿਆ ਸੀ, ਅਤੇ ਵੀਰੇ ਦਾ ਫੇਸ ਨਹੀਂ ਅਸੀਂ ਤੁਹਾਨੂੰ ਦਿਖਾ ਸਕਦੇ। ਸੋ ਦੇਖ ਲਓ ਹੋਮਲੈਂਡ, ਸਾਰੇ ਸਿੰਗਰ ਇੱਥੇ ਰਹਿੰਦੇ ਆ। ਕੁਛ ਕੁ ਸਿੰਗਰ ਜੇ ਅਸੀਂ ਤੁਹਾਨੂੰ ਮਿਲ ਸਕਦੇ ਹਾਂ ਤਾਂ ਜ਼ਰੂਰ ਮਿਲਾਵਾਂਗੇ। ਥੱਲੇ ਪਾਰਕਿੰਗ ਦਾ ਟਾਈਮ ਦਿਆ, ਕਹਿੰਦੇ ਕੱਲ੍ਹ ਨੂੰ ਵੀਰੇ ਦਿਨੇ ਆ ਜਾਇਓ, ਜਦੋਂ ਦਿਨੇ ਆਉਂਗੇ ਕੱਲ੍ਹ ਨੂੰ ਇੱਥੇ ਜਿਹੜੇ ਮਰਜ਼ੀ ਸਿੰਗਰ ਨੂੰ ਤੁਹਾਨੂੰ ਕਹੋਗੇ ਉਹਨੂੰ ਮਿਲਾ ਦੇਵਾਂਗੇ। ਕੱਲ੍ਹ ਤੁਹਾਨੂੰ ਮਿਲਾਵਾਂਗੇ ਕਿਸੇ ਮਸ਼ਹੂਰ ਜੇ ਸਿੰਗਰ ਨੂੰ, ਜੇ ਸਾਨੂੰ ਟਾਈਮ ਦੇਤਾ ਤਾਂ ਮਿਲਣ ਵਾਸਤੇ। ਹੋਮਲੈਂਡ ਦੇ ਅਸੀਂ ਅੰਦਰ ਆ ਗਏ ਹਾਂ। ਇਹ ਹੋਮਲੈਂਡ ਦਾ ਜੀ ਵਿਚਾਲੜਾ ਪਾਸਾ, ਜਿਵੇਂ ਆਪਾਂ ਕਹਿੰਦੇ ਨੇ ਆਲੇ ਦੁਆਲੇ ਬਿਲਡਿੰਗ, ਅਤੇ ਵਿਚਾਲੜਾ ਪਾਸਾ ਆ ਗਿਆ ਹੋਮਲੈਂਡ ਦਾ ਵਿਚਕਾਰਲਾ ਪਾਸਾ ਜਿਹਨੂੰ ਕਹਿ ਸਕਦੇ ਹਾਂ। ਆਸੇ ਪਾਸੇ ਬਿਲਡਿੰਗ ਹੀ ਬਿਲਡਿੰਗ ਵਾ। ਹਾਂ ਦੇਖ ਲਓ ਸਾਰਾ ਬਿਲਡਿੰਗ ਹੀ ਬਿਲਡਿੰਗ, ਤੁਸੀਂ ਦੇਖ ਸਕਦੇ ਮਾਹੌਲ। ਚਲੋ ਗਾਂ, ਚਲੋ ਫਿਰ ਕਿੱਧਰ ਜਾਣਾ? ਉਹਨੂੰ ਮਨਕੀਰ ਤੌਲਖ ਸਰ ਨਾਲ ਮਿਲਾਉਂਦੇ ਹਾਂ, ਅਤੇ ਗੱਡੀ ਆ ਜਾਓ ਛੇਤੀ ਛੇਤੀ ਲੈ ਕੇ ਚੱਲਦੇ। ਮਨਕੀਰ ਤੌਲਖ ਸਰ ਦੀ ਅਸੀਂ ਵੇਟ ਕਰਦੇ ਹਾਂ। ਇਹ ਗੱਡੀ ਉਹਨਾਂ ਦੀ ਖੜੀ ਆ, ਉੱਧਰ ਪਿੱਛੇ ਵੀ ਗੱਡੀ ਖੜੀ ਉਹਨਾਂ ਦੀ, ਅਤੇ ਹੁਣ ਅਸੀਂ ਉਹਨਾਂ ਨੂੰ ਮਿਲਣ ਆਏ ਹਾਂ। ਇਹ ਜੀ ਮਨਕੀਰ ਤੌਲਖ ਸਰ ਦੀਆਂ ਗੱਡੀਆਂ, ਅਤੇ ਅਸੀਂ ਆਏ ਹਾਂ ਮਿਲਣ ਉਹਨਾਂ ਨੂੰ। ਅਤੇ ਇੱਧਰ ਦਿਖਾ ਦਿਓ, ਬਾਬਾ ਵੀ ਦਿਖਾ ਦਿਓ ਵੀ ਗੱਡੀ ਉਹਨਾਂ ਦੀ ਆ। ਹਾਂਜੀ ਸਰ, ਆ ਬਾਈ ਹੁਣੀ ਨਾਲ ਹੁੰਦੇ ਬਾਈ ਦੇ, ਭੇਜ ਦਾਂਗੇ ਆ ਨੰਬਰ ਕਰੋ। ਜ਼ਰੂਰ ਜ਼ਰੂਰ, ਨੰਬਰ ਨੰਬਰ ਦਿਓ, ਲਿਖ ਲਓ ਜੀ। ਸੰਦੀਪ ਤੂਰਾ ਜੀ, ਕੀ ਆ ਸੰਦੀਪ ਜੀ, ਅਸੀਂ ਵੇਟ ਕਰਦੇ ਹਾਂ ਸਰ ਦੀ। ਬਾਈ ਹੁਣੀ ਨਾਲ ਹੁੰਦੇ ਬਾਈ ਦੇ, ਇਹ ਸਰ ਤੁਸੀਂ ਵੇਖੋ ਹਾਂਜੀ ਆ ਫਾਸ ਲੈਣਾ ਭਾਈ, ਇਹ ਭਰਾ ਦੀਆਂ ਸੀ ਵੀਡੀਓ ਸੰਦੀਪ ਦੀਆਂ, ਬਹੁਤ ਦੇਖਦੇ ਆ, ਬੜਾ ਸਵਾਦ ਲਿਆਉਂਦਾ ਭਰਾ ਦਾ। ਬਾਈ ਜੀ ਆਪਣੇ ਪਹਿਲਵਾਨ ਜੀ, ਪਹਿਲਵਾਨ ਜੀ, ਇਹ ਆਪਣੇ ਪਹਿਲਵਾਨ ਜੀ, ਇਹ ਮੁੰਡੀ ਭਰਾ ਆਪਣਾ। ਹਾਂ,
मेरे बच्चे फैमिली है कुदरती उन्हों की वीडियो कॉल आ गई ठीक है जी सत श्री अकाल थोड़े वालों सारा ये उन्होंने नाल ही रेंगे सर थैंक यू सर जी थोड़ा ही बहुत बहुत तो सर जी असं वेट करते पे हाँ सो बाहर आवे फिर थोड़ा सारे मिलावे वैसे तो अभी भी सोचा चलो किस्मत चीगा साढ़े मिलना ओके मनकीर तौर सारे मनाने ओके ठीक है सर थैंक यू वीरे चलो भाई चलो सवेरे असं मिलावे सानू मौका मिल गया मनकीर तौर सारे थोन मिला था सारे लो भी जट सौते जड़े बंदे थे खुशी बाली हुई भाई बोलिया नहीं आता तो पहली बार चंडीगढ़ आए थे तो किस्मत सी सू मनकीर तौलक सर मिल गए स्पेशल थैंक यू सर का जिन्हें बेचारे ने सू अंदर आन दिता तो उस तो बाद सू मनकीर तौलक सर ने मिलाया तो उन्होंने नेचर इन्ना क गोडर है यार कल ही छड़ दे कोई साढ़े छपदी है नहीं मुक गए इन्ना क वधिया नेचर है ना भी आप छपदी मुक गए इन्ना क वधिया गुड नेचर है यार जमें आया नहीं भोरा भी आकड़ जा गोरी हैगी सू बहुत खुशी 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 मिले आ साढ़े ने फोटो भी कराइया तो थोड़ी थोड़ा पता है ना भी उन्होंने भी अगले हम शो वगैरह चलते तो शो वगैरह करके साथ को ज़्यादा टाइम नहीं खड़े सो सानू तो इन्नी भी आस है नहीं थी यार ना संदीप इन्नी भी आस है नहीं बस ऊँ ही आ गए सानू तो सर ने तो पछाण लिया तो इधरों सा किस्मत सी अच्छ मिलना सगा बई महंगी जी दुकान तो अभी पहली बार आए हैं सानू पता नहीं लगता कुछ की करिए बई होनी कहते इधरों वेखो इधर लाइन ही लाइया पे हम देख कड़ी लैनी है ਮੈਨੂੰ ਭਰਾ ਅੰਗਰੇਜ਼ੀ ਜੇ ਉਹਨੀ ਆਉਂਦੀ ਹੁੰਦੀ ਡੇਟਾ ਜਾ ਉਹ ਕਿਹੜੀ ਉਹ ਫਲੇਵਰ ਕਿਹੜਾ ਪਿਆ ਬਣਾਣਾ ਹੈ ਨਾ ਤੇ ਅਸੀਂ ਆਹ ਲਵਾਂਗੇ ਆਹ ਵਾਲਾ ਕੌਣ ਚ ਆ ਕੌਣ ਕੌਣ ਚ ਸਵਾਦ ਹੋਗੇ ਨਾ ਕਿੰਨੇ ਦੇ 150 ਦਾ ਹਾਂਜੀ ਹਾਂਜੀ ਸਰ ਫਿਰ ਬਣਾ ਲੈ ਯਾਰ ਵੇਖੀ ਜਦੋਂ ਤੇ ਯਾਰ ਔਖਾ ਨਾ ਸ਼ਹਿਰਾਂ ਚੋਰਾਂ ਜੇ ਪਤੰਦਰ ਨਿਕਲੇ ਕਰੀਏ ਘਰੋਂ ਮਾੜਾ ਮੋਟਾ ਪਿੰਡੂ ਲੋਕ ਪਿੰਡੂ ਨਾਲ ਸਹੀ ਗੱਲ ਔਖਾ ਯਾਰ ਕਮਾਇਆ ਤਾਂ ਭਈ ਹਨਾ ਘਰੋਂ ਨਿਕਲਣਾ ਚਾਹੀਦਾ ਪੂਰਾ ਭਰ ਕੇ ਦੇਗਾ ਵੀਰੇ ਤਾਂ ਤੇ ਕਰ ਟੀਸੀ ਕੱਢ ਦੇ ਕਰਾਂਦੀ भर के पूरा दह दिख ਦੇਖੋ ਕਿੰਨੀ ਦੁਕਾਨ ਮਹਿੰਗੀ ਹੈ ਚੰਡੀਗੜ੍ਹ ਦੇ ਵਿੱਚ ਬਾਈ ਤਾਂ ਤੇ ਕਰਦਾ ਭਰਦਾ ਯਾਰ ਵੱਡੇ ਆ ਸਾਰੇ ਸੇਮ ਹੀ ਕਰਦੇ ਪਿੰਡੂ ਲਖਾਂ ਨਹੀਂ ਸੇਮ ਕਿੰਨੇ ਲੋ ਤਿੰਨ ਕਰਨੇ ਜੀ ਤਿੰਨ ਠੀਕ ਹੈ ਬਰਦਰ ਠੀਕ ਹੈ ਬਾਈ ਹੁਣਾਂ ਕੋਲੇ ਯਾਰ ਪੀਜੀ ਵਾਲਿਆਂ ਨੂੰ ਲਾਈਆਂ ਹੋਈਆਂ ਸਲੇਟਾਂ ਹੀ ਆ ਇਹ ਤਾਂ ਸਾਨੂੰ ਸਮਝ ਨਹੀਂ ਆਉਂਦੀ ਕਹਿੰਦੇ ਸਮਾਲ ਆ ਸਮਾਲ ਬਾਈ ਵੱਡਾ ਹੁੰਦਾ ਕਿ ਛੋਟਾ ਸਮਾਲ ਛੋਟਾ ਹੈ ਸਮਾਲ ਯਾਰ ਵੇਖਣ ਨੂੰ ਤਾਂ ਵੱਡਾ ਲੱਗਦਾ ਹੋਰ ਕਿਹੜਾ ਰੈਗੂਲਰ ਸਕੂਪ 118 ਦਾ ਉੱਥੇ ਐ ਵਾਲੀ ਪੈਕਸ ਮਹਿੰਗੀ ਬਹੁਤ ਆ ਯਾਰ ਇਹਨਾਂ ਦਾ ਕੰਮ ਬੜਾ ਔਖਾ ਹੈ ਤਾਂ ਤੇ ਅਸੀਂ ਹੈਗੇ ਜੱਟ ਸੌਦੇ ਵਾਲੇ ਬੰਦੇ ਖੇਤੀਬਾੜੀ ਵਾਲੇ ਤੇ ਚੰਡੀਗੜ੍ਹ ਆ ਕੇ ਬਹਿ ਗਏ ਆ ਆਪਾਂ ਤਾਂ ਨਹੀਂ ਤਰੇ ਸਕਦੇ ਨਾ ਭਜਾ ਦੇਣਗੇ ਆਪਾਂ ਦਾ ਹੋਰ ਆਪਾਂ ਨੂੰ ਤਾਂ ਤਰੇ ਹੁੰਦੇ ਨੇ ਆਪਾਂ ਨੂੰ ਗੱਲ ਕਰਕੇ ਆਪਾਂ ਤਾਂ ਭਜਾ ਦੇਣਗੇ ਤੂੰ ਚਲੋ ਇੱਥੋਂ ਨਿਕਲੋ ਤੁਹਾਨੂੰ ਤਾਂ ਪਤਾ ਹੀ ਕੋ ਨਹੀਂ ਮੈਂ ਨਾ ਬਈ ਤੁਹਾਡੀ ਥਾਂ 'ਤੇ ਕੁੜੀ ਗਾੜੀ ਹੁੰਦੀ ਇਹ ਤਾਂ ਨਹੀਂ ਆਉਂਦੇ ਸੀ ਤੁਸੀਂ ਆ ਇੱਥੇ ਕੰਮ ਕਰਦੇ ਆ ਜੇ ਤੁਹਾਡੀ ਥਾਂ 'ਤੇ ਕੋਈ ਕੁੜੀ ਲੱਗੀ ਹੁੰਦੀ ਮਤਲਬ ਕੁੜੀ ਚਲਾਉਂਦੀ ਹੁੰਦੀ ਸ਼ੋਪ ਅਸੀਂ ਤਾਂ ਨਹੀਂ ਆਉਂਦੇ ਸੀ ਇੱਥੇ ਨਾ ਅਸੀਂ ਤਾਂ ਵੇਖ ਕੇ ਸ਼ੀਸ਼ੇ 'ਚ ਮੜ ਜਾਣਾ ਸੀ ਅੱਛਾ ਉਹ ਰਾਤ ਨੂੰ ਡਿਊਟੀ ਹਾਂਜੀ ਅਤੇ ਅਸੀਂ ਤਾਂ ਨਹੀਂ ਆਉਂਦੇ ਜੀ ਕੁੜੀਆਂ ਆਉਂਦੀਆਂ ਨਾ
ਇਦਾਂ ਰੇੜੀ ਰੂੜੀ ਤਾਂ ਲੈ ਕੇ ਖਾ ਲੈਣੀ ਖਾ ਲਾ ਖਾ ਲਾ ਬਸ ਮੈਂ ਲੱਛਣ ਬਹੁਤ ਕਰ ਦੇਖਦਾ ਅਤੇ ਔਖਾ ਕੰਮ ਬਾਈ ਰੇਟ ਬਹੁਤ ਜ਼ਿਆਦਾ ਆਪਣੇ ਲਾਈਨਾਂ ਵਾਰ ਤੁਸੀਂ ਲਾਏ ਹੈ ਨਾ ਇੱਕ ਦੋ ਤਿੰਨ ਚਾਰ ਉਹ ਜਿਹੜਾ ਉਹਨਾਂ 'ਚ ਤੁਹਾਨੂੰ ਪਸੰਦ ਆਉਂਦਾ ਸਾਰੇ ਬਾਈ ਉਹਨਾਂ ਦੇ ਲਾਏ ਹੋਏ ਆ ਆਈਸ ਕ੍ਰੀਮ ਬਾਈ ਉਹਨਾਂ ਨੇ ਖਾ ਕੇ ਕਿਵੇਂ ਆ ਬਾਈ ਟੇਸਟ ਕਿਵੇਂ ਨਹੀਂ ਬਾਈ ਪਹਿਲਾਂ ਆਇਆ ਕਿਤੇ ਇੱਥੇ ਕਿ ਨਹੀਂ ਸੜਕਾਂ ਸੁੜਕਾਂ ਦਾ ਪਤਾ ਲੱਗੇ ਦੋ ਤਿੰਨ ਵਾਰ ਆਏ ਘਵਾਚ ਘੂਚ ਗਏ ਫਿਰ ਅਸੀਂ ਨਕਸ਼ਾ ਖੋਲ ਲਿਆ ਨਕਸ਼ਾ ਖੋਲ ਖੋਲ ਕੇ ਅਸੀਂ ਇੱਧਰ ਆਏ ਹਾਂ ਕਹਿੰਦੇ ਯਾਰ ਐਕਟਰਾਂ ਨੂੰ ਮਿਲ ਕੇ ਆਉਣਾ ਸਿੰਗਰਾਂ ਨੂੰ ਚੈਰੀ ਦਾ ਪਾ ਦਿੰਦਾ ਫਿਰ ਇੱਥੇ ਚੈਰੀ ਨਹੀਂ ਪਾਈ ਬਾਈ ਨੇ ਚਲੋ ਕੋਈ ਨਾ ਸੋ ਅਸੀਂ ਬਾਈ ਕੋਲ ਆਏ ਸੀ ਆਈਸਕ੍ਰੀਮ ਖਾਣ ਬਾਈ ਨੇ ਆਈਸਕ੍ਰੀਮ ਬਹੁਤ ਜ਼ਿਆਦਾ ਸਵਾਦ ਬਣਾਈ ਦਿਲ ਖੁਸ਼ ਕਰਦਾ ਪਹਿ ਜ਼ਰੂਰ ਖਾ ਲਏ ਪਹਿ ਜ਼ਰੂਰ ਲੱਗ ਗਿਆ ਆਈਸਕ੍ਰੀਮ 'ਚ ਮਿਰਚ ਵਗੈਰਾ ਸੀਗੀ ਮਿਰਚ ਪੂਰੀ ਓਕੇ ਸੀਗੀ ਜਮਾਂ ਬਾਹਲੀ ਪਾਈ ਥੋੜ੍ਹੀ ਜਿਹੀ ਬਸ ਠੰਡੀ ਸੀ ਯਾਰ ਵੈਸੇ ਭਾਜੀ ਪਾਣੀ ਪਤੰਦਰ ਤੁਸੀਂ ਗਿੱਲਾ ਵਿੱਚ ਹੀ ਜਾਣੇ ਇੱਥੇ ਮਰਗੀਰ ਤੌਲ ਖਵਾ ਜਾਂਦੇ ਆ ਗਏ ਬਾਈ ਆ ਗਏ ਕਦੇ ਵੀ ਤੁਸੀਂ ਚੰਡੀਗੜ੍ਹ ਆਓ ਤਾਂ ਹੋਮਲੈਂਡ ਜ਼ਰੂਰ ਆਇਓ ਸੋ ਮੈਂ ਤਾਂ ਕਹਿੰਦਾ ਯਾਰ ਸਾਰੇ ਸਿੰਗਰ ਹੀ ਬਹੁਤ ਵਧੀਆ ਵਿਚਾਰੇ ਹੈ ਨਾ ਪਰ ਉਹਨਾਂ ਕੋਲ ਟਾਈਮ ਹੋਣਾ ਜ਼ਰੂਰੀ ਆ ਕਈ ਐਵੇਂ ਹੀ ਹੈ ਨਾ ਸਾੜਾ ਕਰੀ ਜਾਂਦੇ ਰਹਿੰਦੇ ਆ ਕਿ ਮਿਲਦੇ ਨਹੀਂ ਇੱਦਾਂ ਨਹੀਂ ਉੱਦਾਂ ਨਹੀਂ ਪਰ ਮੈਂ ਨਾ ਯਾਰ ਸਾਰੇ ਸਿੰਗਰ ਗੁੱਡ ਆ ਯਾਰ ਜਿੰਨੇ ਵੀ ਜੈ ਜੀ ਬੀ ਵਾਈ ਵਰਗੇ ਸੋ ਐਮੀ ਵਿਰਕ ਬਾਈ ਐਮੀ ਵਿਰਕ ਤਾਂ ਇੱਥੇ ਨਹੀਂ ਰਹਿੰਦਾ ਸੋ ਜੱਸੀ ਗੱਲ ਬਾਈ ਹੈ ਨਾ ਕੋਸ਼ਿਸ਼ ਕਰਾਂਗੇ ਅਸੀਂ ਕੱਲ੍ਹ ਨੂੰ ਟਾਈਮ ਮਿਲਿਆ ਤਾਂ ਅਸੀਂ ਜ਼ਰੂਰ ਮਿਲ ਕੇ ਜਾਵਾਂਗੇ ਸਰ ਨੂੰ ਅਤੇ ਸਾਡੇ ਕੋਲ ਵੀ ਟਾਈਮ ਥੋੜ੍ਹਾ 6 ਵੱਜ ਗਿਆ ਹੁਣ ਅਸੀਂ ਕੋਈ ਕਮਰਾ ਕੁਮਰਾ ਲੱਭਣਾ ਜਿੱਥੇ ਰਹਿਣਾ ਵਾ ਅਤੇ ਕੱਲ੍ਹ ਨੂੰ ਫਿਰ ਅਸੀਂ ਆਵਾਂਗੇ 12 ਕੁ ਵਜੇ ਤੁਹਾਨੂੰ ਸਾਰੇ ਸਿੰਗਰਾਂ ਨਾਲ ਅੱਜ ਮਿਲਾਵਾਂਗੇ ਕੋਸ਼ਿਸ਼ ਕਰਾਂਗੇ ਵਾਹਿਗੁਰੂ ਮਿਹਰ ਰੱਖੇ ਅਤੇ ਬਾਕੀ ਫਿਰ ਤੋਂ ਧੰਨਵਾਦ ਜੀ ਹੈ ਨਾ ਜਿਨ੍ਹਾਂ ਨੇ ਤੁਹਾਨੂੰ ਵੀਰਾਂ ਨੇ ਮਿਲਾਇਆ ਅਤੇ ਸਪੈਸ਼ਲ ਥੈਂਕ ਯੂ ਮਨਕੀਰ ਤੌਲਕ ਸਰ ਦਾ ਜਿਹੜਾ ਤੁਹਾਨੂੰ ਮਿਲੇ ਥੈਂਕ ਯੂ ਸਰ